ਲੱਖਿਆਂ ਦਾ ਸਾਫ ਦਾ ਪੈਹਾ ਲੱਗਿਆ ਵਾਰਡ ਦੀ ਵਿਕਾਸਤਾਈ ਨਮਸਤੇ ਆਉ ਮੋ ਪ੍ਰਗੈਸ ਲੋਤਰਾ ਤਾਂ ਸਾਰੇ ਦਿਖਾਰੇ ਸਿੱਧੀ ਲਗੀ ਡਿਪਟੀ ਮੇਅਰ ਪੂਨੀਮਾ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੈਂਸ 'ਚ ਇਹ ਆਖਿਆ ਕਿ ਵਾਰਡਿਆਂ ਦੇ ਵਿਕਾਸਤਾਈ ਉਹ ਲੱਖਾਂ ਰੁਪਏ ਜਿਹੜਾ ਉਹ ਦੇਣ ਲੱਗੇ ਨੇ 107 ਲੱਖ ਪਰ ਵਾਰਡ ਜਿਹੜਾ ਹੈ ਉਹ ਦੇਣਗੇ ਤਾਂ ਕਿ ਵਾਰਡ ਦੇ ਡਿਵੈਲਪਮੈਂਟ ਤਾਂ ਔਰ ਉਹਨੇ ਇਹ ਵੀ ਆਖਿਆ ਕਿ ਹਰ ਇੱਕ ਕਾਰਪੋਰਟਰ ਦੀ ਹਾਲੇ ਇਨਸਟਾਲਮੈਂਟ ਜੜੀ ਉਹ ਦੇ ਉਡੀ ਦੀ ਉਹ ਆ 10-10 ਲੱਖ ਰੁਪਇਆ 10-10 ਲੱਖ ਰੁਪਇਆ ਹਰ ਇੱਕ ਕਾਰਪੋਰੇਟਰ ਕੀ ਦਿੱਤੀ ਆਪਣੇ ਆਪਣੇ ਵਾਰਡ ਦੀ ਮੁਰੰਮਤ ਕਰਾਣ ਤਾਂ ਤੇ ਉਹਨੇ ਆਖਿਆ ਕਿ ਕਾਰਪੋਰੇਟਰ ਨੇ ਜਿਹੜੇ ਬੜਾ ਸ਼ੈਲ ਕੰਮ ਕੀਤਾ ਰ ਬੜਾ ਖਰਾ ਕੰਮ ਕੀਤਾ ਆਪਣੇ ਆਪਣੇ ਵਾਰਡਾਂ ਚ ਔਰੇ ਬਾਤ ਤੁਹਾਡੀ ਦੋ ਇਨਸਟਾਲਮੈਂਟ ਜੜੀ ਉਹਨੇ 22 ਲੱਖ ਰੁਪਇਆ ਦਿੱਤੀ ਔਰ ਪੂਨੀਮਾ ਸ਼ਰਮਾ ਜੀ ਦਾ ਇਹ ਵੀ ਆਖਣਾ ਹੈ ਕਿ ਉਹ 22 ਲੱਖ ਦਾ ਕੰਮ ਜਿਹੜਾ ਹੈ ਹਰ ਇੱਕ ਵਾਰਡ ਚ ਜਾਰੀ ਹੋਈ ਦਾ ਕੰਮ ਜਿਹੜਾ ਉਹ ਮਤਲਬ ਚਲਾਦਾ ਤੇ ਦੂਈ ਮੇ ਚਹੀ ਚੀਜ਼ ਦਸੀ ਹੁਣਾਂ ਹੁਣੇ ਆਖਿਆ 5 ਲੱਖ ਜਿਹੜੇ ਨੇ ਉਹ ਪਾਰਕਿਆਂ ਤਾਂ ਹੀ ਦਿੱਤੇ ਜਾਣਗੇ ਕੰਨੇ ਕਿ ਉਹਨੇ ਆਖਿਆ 2 ਲੱਖ ਜਿਹੜੇ ਨੇ ਓਪਨ ਜਿਮ ਤਾਂ ਹੀ ਦਿੱਖੇ ਜਾਣਗੇ ਕੰਨੇ ਉਹਨੇ ਇਹ ਵੀ ਆਖਿਆ ਕਿ ਨਾਲਿਆਂ ਤਾਂ ਹੀ 5 ਲੱਖ ਜਿਹੜਾ ਉਹ ਦਿੱਤਾ ਜਾ ਇਹ ਦਿਖਣ ਤਾਂ ਕਿ ਨਾਲਿਆਂ ਦੀ ਸਫਾਈ ਜਿਹੜੀ ਹੈ ਉਹ ਉਹ ਹੀ ਦੀ ਨਹੀਂ ਹੋਈ ਦੀ ਹੈ ਕੰਨੇ ਮੈਂ ਤੁਹਾਂ ਹੀ ਦੂਈ ਚੀਜ਼ ਦਸਾਉਣਾ ਇਹ ਬੜੀ ਵਾਰੀ ਇੱਕ ਲਾਈਨ ਜਿਹੜੀ ਉਹਨੇ ਰਿਪੀਟ ਕੀਤੀ ਕਿ ਕਾਰਪੋਰੇਟਰਾਂ ਦੇਲੇ ਆਪਣੇ ਉਹਨੇ 10 ਲੱਖ ਰੁਪਏ ਪਹਿਲੀ ਇਨਸਟਾਲਮੈਂਟ ਦਿੱਤੀ ਤਾਂ ਉਹਨੇ ਆਪਣੇ ਵਾਰਡ 'ਚ ਬੜੇਗੇ ਸ਼ੈਲ ਕੰਮ ਕਰਾਏ ਰੇ। ਤਾਂ ਦੂਈ ਉਹਨੇ ਚੀਜ਼ ਇਹ ਆਖੀ ਕਿ ਹੋਰ ਵੀ ਬਥੇਰੇ ਐਸੇ ਪ੍ਰੋਜੈਕਟ ਜਿਹੜੇ ਨਾ ਉਹ ਤਿਆਰ ਹੋਏ, ਬਥੇਰੀਆਂ ਬੈਠਕਾਂ ਹੀ ਆਂ। ਸਵੱਛਤਾ ਅਭਿਆਨ ਜਿਹੜੇ ਨਾ ਉਹ ਬਥੇਰੇ ਚੱਲੇ ਨੇ। ਹਰ ਇੱਕ ਵਾਰਡ 'ਚ ਹਰ ਇੱਕ ਵਾਰਡ 'ਚ ਗੰਦ ਚੁੱਕਣ ਤਾਂ। ਮਤਲਬ ਕੂੜਾ ਕਰਕਟ ਚੁੱਕਣ ਤਾਂ। ਆਟੋ ਜਿਹੜੇ ਨਾ ਉਹ ਲਾਏ ਰੇ। ਹਰ ਇੱਕ ਵਾਰਡ 'ਚ ਮਤਲਬ ਆਟੋ ਵਾਲੇ ਆਣਗੇ। ਅਡਸਟ ਬਿੰਦ ਤੋਂ ਦਾ ਖਾਲੀ ਕਰਨਗੇ ਤਾਂ ਆਟੋ ਪਰ ਇਹ ਜਿਹੜਾ ਉਹ ਲਈ ਜਾਣਗੇ ਕੰਨੇ ਦੂਈ ਚੀਜ਼ ਉਹਨੇ ਇਹ ਵੀ ਆਖੀ ਕਿ ਡੋਰ ਟੂ ਡੋਰ ਫੈਸਿਲਿਟੀ ਜਿਹੜੀ ਹੈ ਉਹ ਜਿਹੜੀ ਹੈ ਉਹ ਦਿੱਤੀ ਰਹੀ ਹੈ ਸੋਲਿਡ ਵੇਸਟ ਮੈਨੇਜਮੈਂਟ ਐਕਟ ਦੇ ਤਹਿਤ ਜਿਹੜਾ ਹੈ ਡੋਰ ਟੂ ਡੋਰ ਮਤਲਬ ਸਫਾਈ ਕਰਮਚਾਰੀ ਤੁੰਦੇ ਬੂਏ ਬੂਏ ਆਗ ਤਾਂ ਤੁੰਦਾ ਜਿਹੜਾ ਗੰਦ ਜਿਹੜਾ ਸਾਰਾ ਇੱਕ ਇੱਕ ਲਫਾਫਾ ਜਾਂ ਦੋ ਦੋ ਤਿੰਨ ਤਿੰਨ ਜਿੰਨਲ ਵੀ ਤੁੰਦਾ ਗੰਦ ਬਾਗ ਹੋਗਾ ਤਾਂ ਉਹ ਸਾਰਾ ਉਸੇ ਫੜਕਾਣਾ ਤਾਂ ਉਹ ਜਿਹੜਾ ਲਈ ਆਟੋ ਚ ਪਾਗ ਤਾਂ ਆਟੋ ਜਿਹੜਾ ਉਹ ਜਾਈਏ ਆਟੋ ਜਿੱਥੇ ਜਿੱਥੇ ਵੀ ਜਾਣਾ ਉਹ ਆਟੋ ਨਾਲ ਚਲੀ ਯਾਰ ਤੇ ਮੈਂ ਫਿਲਹਾਲ ਜੇ ਸੁਣੀਏ ਤਾਂ ਵੀ ਬੜਾ ਖਰਾ ਲੱਗਿਆ ਕਿ ਸਟਰੀਟ ਲਾਈਟਾਂ ਜਿਹੜੀਆਂ ਉਹ ਲੱਗਣ ਵਾਲੀ ਐ ਐਲਈਡੀ ਬਲਬਸ ਜਿਹੜੇ ਨੇ ਉਹ ਲੱਗਣਗੇ ਫਾਊਂਟੇਨਸ ਲੱਗਣਗੇ ਠੀਕ ਐ ਵੱਡੇ ਵੱਡੇ ਪਰ ਸਵਾਲ ਉਨ ਇੱਥੇ ਇਹ ਐ ਜਿੱਤੇ ਹਰ ਇੱਕ 22 ਲੱਖ ਦੀ ਤਾਂ ਚਲੋ ਮੈਂ ਗੱਲ ਕਰਦੀ ਨਹੀਂ ਐ ਪਹਿਲੇ ਮੈਂ ਖਾਲੀ ਛੋਟੇ ਬੰਜੜ ਪਰ ਆ ਗਈ 10 ਲੱਖ ਦਾ ਕੰਮ ਆਖਰੇ ਕਿ ਹਰ ਇੱਕ ਕਾਰਪੋਰਟਰ ਨੇ ਆਪਣੇ ਵਾਰਡ ਚ ਕਰਾਇਦਾ ਜੇ ਮੈਂ ਗੱਲ ਕਰਾਂ ਈਦਗਾਂ ਰੋਡ ਦੀ ਤੇ ਮਸਜਿਦ ਦੇ ਠੀਕ ਬਾਅਦ ਢੇਰ ਲੱਗੇ ਰਾ ਕੂੜੇ ਦਾ ਔਰ ਥੋੜੇ ਜਿਹੇ ਤੋਹੇ ਅੱਗੇ ਚਲੀ ਜਾਓ ਜਿੱਥੇ ਗੁਜਰੋਸਟ ਲੈ ਗੁਜਰੋਸਟ ਦੇ ਠੀਕ ਆਪੋਜ਼ਿਟ ਇੱਕ ਵੱਡਾ ਜਿਹਾ ਡਸਟਬਿਨ ਲੱਗੇ ਦਾ ਨੋ ਡਾਊਟ ਉਸ ਡਸਟਬਿਨ ਉਹ ਜਿਹੜਾ ਉਹ ਲੁੱਦ ਲੁੱਦ ਭਰੋਚੇ ਦਾ ਔਰੇ ਬਾਚੂ ਔਰੇ ਖੱਲ ਅੱਗੇ ਪਿੱਛੇ ਤੋਹੇ ਦਿਖੋ ਸ਼ੈਲਗੰਦ ਪੇਰਾ ਔਰੇ ਬਾਅਦ ਜੇ ਮੈਂ ਗੱਲ ਕਰਾਂ ਭਗਵਤੀ ਨਗਰ ਦੀ ਭਗਵਤੀ ਨਗਰ ਵਾਲੇ ਪਾਸ ਤੋਂਹੇ ਦਿਖਿ ਲਾਓ ਜਿੰਨਾ ਵੀ ਜਿੱਥੇ ਤੋਂ ਵਿਗਾੜ ਜੜਾ ਉਹ ਬਣੀ ਚੁਕੇ ਦਾ ਜਿੱਥੇ ਚਾਦਰਾਂ ਜੜੀਆਂ ਉਹ ਸੁੱਕਾ ਦੀ ਹੁੰਦੀਆਂ ਤੂੰ ਸਾਰੇ ਲੋਕੇ ਵੀ ਦਿਖਿਆ ਹੁਣ ਤੂੰ ਲੰਘਦੇ ਉਸ ਜਗ੍ਹਾ ਉੱਪਰ ਤੂੰ ਦਿਖਿਲਾਓ ਕਿੰਨਾ ਗੰਦ ਪੇਰਾ ਤੋਹੇ ਨਵੀਂ ਬਸਤੀ ਵਾਲੇ ਪਾਸੇ ਦਿਖਿਲਾਓ ਮੇਨ ਰੋਡ ਉੱਪਰ ਐਡੀ ਐਡੀ ਮਤਲਬ ਅੱਧੀ ਅੱਧੀ ਛਿੜਕਾਂ ਜੜੀਆਂ ਨਾ ਉਹ ਆਈ ਜਾਂਦੀਆਂ ਗੰਦ ਗੰਨੇ ਗੰਦ ਜਿਹੜਾ ਉਹ ਇੰਨੇ ਫੈਲੇ ਰਹ ਹੁੰਦਾ ਜੇ ਮੈਂ ਗੱਲ ਕਰਾਂ ਡੀਸੀ ਦਫ਼ਤਰ ਦੀ ਡੀਸੀ ਦਫ਼ਤਰ ਤੂੰ ਠੀਕ ਜੇ ਤੋਹੇ ਖਾਲ ਪੀਰ ਖੋਲੇ ਪਾਸੇ ਜਾਣੇ ਹੋ ਤੂੰ ਹੀ ਪਤਾ ਹੈ ਕਿ ਪੀਰਖੋ ਕਿੰਨਾ ਪ੍ਰਸਿੱਧ ਮੰਦਰ ਹੈ ਕਿੰਨੀ ਰੌਣਕ ਹੁੰਦੀ ਉਸ ਵੇਲੇ ਜਿਸ ਵੇਲੇ ਸ਼ਿਵਰਾਤਰੀ ਹੁੰਦੀ ਹੈ ਬਥੇਰੇ ਸ਼ਦਾਲੂ ਜੜੇ ਨਾ ਉਹ ਆਂਦੇ ਨਾ ਮੱਥਾ ਟੇਕਨ ਤਾਈਂ ਬਾਬਾ ਬੋਲੇ ਨਾ ਦਾ ਪਰ ਉਸ ਰਸਤੇ ਉਪਰ ਆਹੇ ਦਿਖਨੇ ਆ ਕਿ ਜਿਹੜਾ ਡੰਪਿੰਗ ਯਾਰਡ ਹੈਂ ਦਾ ਇੰਨੀ ਤਬਾਈ ਇੰਨੇ ਮੁਸ਼ਕ ਇੰਨੀ گاਵਾ ਜੜੀਆਂ ਉਥੋਂ ਪਲਾਸਟਿਕ ਆ ਰਹੀ ਹੁੰਦੀ ਇੰਨਾ ਗੰਦ ਜਿਹੜਾ ਉਹ ਉਥੇ ਪੇਰ ਹੁੰਦਾ ਉਥੇ ਦੀ ਕੋਈ ਸਾਫ ਸਫਾਈ ਨਹੀਂ ਮ ਦਿਖਣੀ ਜਿੰਨੇ ਵੀ ਮੈਂ ਸਿਟੀ ਚ ਡਸਟਬਿਨ ਦਿਖਨੀ ਆ ਉਹ ਸ਼ਾਇਦ ਉਹ ਮਿਗੀ ਕ ਲਵਦੇ ਨਾ ਬਾਕੀ ਕੁਸੇਗੀ ਲਵਦੇ ਨਹੀਂ ਆ ਤਾਂ ਮੈਂ ਸ਼ਾਇਦ ਬਾਰ 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 ਇਹ ਚੀਜ਼ ਰਿਪੀਟ ਕਰਨੀ ਬਗਵਤੀ ਨਗਰ ਦੀ ਮੈਂ ਜੇ ਗੱਲ ਕਰਾਂ ਤਾਂ ਉਥੇ ਵੀ ਕੂੜਾ ਕਿੰਨਾ ਪੇਰਾਂ ਦਾ ਉਥੇ ਵੀ ਐ ਹੀ ਦਿਖਨੇ ਕੀ گاਵਾ ਜੜੀਆਂ ਪਲਾਸਟਿਕ ਖਾਰੀ ਗੰਧ ਖਾਰੀ ਕੂੜਾ ਖਾਰੀਆਂ ਤੇ ਉਹ ਜੇ ਮੈਂ ਗੱਲ ਕਰਾਂ ਡੀਸੀ ਦਫਤਰ ਵਾਲੇ ਪਾਸੇ ਦੀ ਖਾਲ ਜਿਹੜਾ ਪੀਰਖੋ ਦੇ ਕੋਲ ਮੈਂ ਤੁਹਾਨੂੰ ਆਖਿਆ ਉੱਥੇ ਵੀ ਇਹ ਸਭ ਵਾਹ ਦਿਖ ਰਬ ਬਥੇਰੀ ਵਾਰੀ ਮੈਂ ਵੀਡੀਓਜ਼ ਕੀਤੀ ਲਾਈਵ ਤੁਹਾਨੂੰ ਦੱਸਿਆ ਕਿ ਇਹ ਸਭ ਕੁਝ ਚੀਜ਼ਾਂ ਜੜੀਆਂ ਉਹ ਆਦੀਆਂ ਫੇਰ ਡਿਪਟੀ ਮੇਰ ਪੂਨਿਮਾ ਸ਼ਰਮਾ ਜੀ ਦਾ ਇਹ ਆਖਣਾ ਕਿ 10-10 ਲੱਖ ਰੁਪਏ ਜਿਹੜਾ ਉਹ ਕਾਰਪੋਰੇਟਰ ਆਪਣੇ ਵਾਰਡਿਆਂ ਚ ਲਾਇਦਾ ਗਲੀਆਂ ਜੜੀਆਂ ਉਹ ਪੈਪਾਂ ਦੱਬੀ ਰੀਆਂ ਮੈਂ ਨਹੀਂ ਆਦੀ ਨਹੀਂ ਦੱਬੀ ਨੀ ਆ ਪੈਪਾਂ ਦੱਬੀ ਇਹ ਬਾਅਦ ਚ ਟੈਲਾਂ ਜੜੀਆਂ ਉਹ ਉਖੜੀ ਦੀ ਉਖੜੀ ਪੇ ਰੀਆਂ ਕੋਈ ਨਹੀਂ ਹੁਣੇ ਬੰਦ ਕਰਨ ਤਾਂ ਹੀ ਆ ਰ ਜੇ ਤੁਸੀਂ 10 ਲੱਖ ਰੁਪਇਆ ਦਿੱਤਾ ਹੀ ਤਾਂ 10 ਲੱਖ ਚ ਤਾਂ ਕੰਮ ਚ ਘੱਟ ਘੱਟ ਟੈਲਾਂ ਤਾਂ ਵਾਪਸ ਲਗਣੀਆਂ ਚਾਹੀਦੀਆਂ ਹਨਾ ਤੋਈ ਪਤਾ ਬਰਸਾਤਿਆਂ ਦਾ ਮੌਸਮ ਹੈ ਪਾਣੀ ਜਿਹੜਾ ਉਹ ਪਰੋਚੀ ਹੁੰਦਾ ਓਨ ਖੱਡਿਆਂ ਚ ਤੇ ਤੁਸੀਂ ਆਪੇ ਸਾਹਵ ਲੈ ਲਓ ਜਿਸ ਵੇਲੇ ਬੱਚੋ ਉਥੋਂ ਲੰਘਦੇ ਨੇ ਪਤਾ ਹੀ ਨਹੀਂ ਲੱਗਦਾ ਉਪਰੂ ਬਰਸਾਤ ਦਾ ਮੌਸਮ ਹੈ ਤਾਂ ਬੱਤੀ ਵੀ ਬੜੀ ਤੋਲੇ ਚਲੀ ਜਾਂਦੀ ਹੈ ਤੇ ਜੀਆਂ ਬਰਖਾ ਪੁੰਦੀ ਹੈ ਤਾਂ ਤੁਸੀਂ ਆਪੇ ਸਾਹਵ ਲੈ ਲਓ ਕੀ ਪਤਾ ਹੀ ਨਹੀਂ ਚਲਦਾ ਕਿ ਤੂੰ ਹੈ ਮਤਲਬ ਪਾਣੀ ਦੇ ਵਿੱਚ ਪੈਰ ਪਾ ਰਹੇ ਹੋ ਜਾਂ ਤੂੰ ਹੈ ਟੈਲਾਂ ਦੇ ਉੱਪਰ ਪੈਰ ਰੱਖ ਲਏ ਹੋ ਬੱਤੀ ਐ ਨਹੀਂ ਗੰਦ ਇੰਨਾ ਪੇਰਾ ਗਲੀ ਚ ਕਰਾੜਾ 63 ਪੇਰ ਹੁੰਦਾ ਇੱਕਦਮ 63 ਪੇਰ ਹੁੰਦਾ ਔਰ ਉਪਰੋਂ ਤੋਹਿਆ ਕਰੇ ਕਿ ਤੋਹ ਡੋਰ ਟੂ ਡੋਰ ਫੈਸਿਲਿਟੀ ਜਿਹੜੀ ਦੇ ਆ ਰਹੇ ਹੋ ਕਿ ਹਰ ਇੱਕ ਘਰ ਜੜਾ ਪਾਈ ਉਹ ਬੰਦਾਗ ਔਰ ਹੁੰਦਾ ਗੱਦ ਜੜਾ ਚੁੱਕੀ ਲਈ ਆ ਸਾਡੇ ਘਰ ਜਣੀ ਆਏ ਆ ਮਾਰੇ ਮੈਂ ਅੱਗੇ ਪਿਛੇ ਵੀ ਪਤਾ ਕੀਤਾ ਮੇ ਸਰਕੂਸੇ ਦੇ ਵਿਕਾਰ ਮੈਨਾਂ ਤਾਂ ਕੋਈ ਕੁਸੇ ਕੋਲ ਨਹੀਂ ਸੁਣਿਆ ਆ ਭਾਈ ਸਾਡੇ ਘਰ ਕੋਈ ਆਂਦਾ ਹੈ ਉਹ ਗੰਦ ਚੁਕੀ ਜਿਹੜਾ ਉਹ ਲੈ ਹੀ ਜਾਂਦਾ ਇਹੋ ਲਈ ਮੈਂ ਕੋਈ ਚੀਜ਼ ਦਿਖੀ ਨਹੀਂ ਹੈ ਫਿਰ ਤੁਸੀਂ ਕਿਹਾਂ ਕਹਿ ਸਕਦੇ ਹੋ ਕਿ 10-10 ਲੱਖ ਮੈਂ ਕਿਹਾਂ ਮੰਨੀ ਲੈ ਮੈਂ ਮੈਂ ਤਾਂ ਨਹੀਂ ਇਸ ਚੀਜ਼ ਦੀ ਮੰਨੀ ਸਕਦੀ ਤੋਹ ਜਿਹੜੇ ਭਾਈ ਦਿੰਦਕਾਰ ਆਂਦੇ ਨਾ ਜਾਂ ਜਿਨੇ ਇਹ ਚੀਜ਼ਾਂ ਦਿਖਹੀ ਰੀਆਂ ਉਹ ਪਲੀਜ਼ ਕਮੈਂਟਸ ਕਰੀ ਵੀ ਦੱਸਿਓ ਤਾਂ ਕਿ ਮੀ ਵੀ ਪਤਾ ਚੱਲੇ ਕਿ ਜੰਮੂ ਚ ਐ ਕਿਹੜੇ-ਕਿਹੜੇ ਵਾਰਡ ਨੇ ਜਿੰਦੇ ਚ ਇਹ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਉਹ ਆਦੀਆਂ ਆ ਜਿਹੜੇ ਬਾਬੂ ਲੋਗ ਨੇ ਜਿਹੜੇ ਵੱਡੇ ਲੋਗ ਨੇ ਆ ਜਿਹੜੇ ਅਮੀਰ ਲੋਗ ਨੇ ਉਹਦਾ ਤਾਂ ਹੁੰਦਾ ਗਾ ਪਰ ਆਮ ਆਦਮੀਆਂ ਦੇ ਘਰ ਮੈਨ ਨਹੀਂ ਦਿਖਿਆ ਕਿ ਕੋਈ ਆ ਆ ਰਾ ਔਰ ਆਇਆ ਖਰਾ ਹਮਾਰੇ ਆਪਣਾ ਗੰਦ ਦੇੜੋ ਦਸ ਲਈ ਜਨੇ ਆ ਨਾ ਮੈਂ ਇਹ ਚੀਜ਼ ਦਿਖੀ ਡਸਟਬਿਨ ਸਿਟੀ ਚ ਮੈਂ ਜਿੱਥੇ ਵੀ ਦਿਖੇ ਨਾ ਨਾ ਲੁੱਦੇ ਰੇ ਦਿਖੇ ਰੇ ਔਰ ਔਰੇ ਬਾਅਦ ਵੀ ਐਕਸਟਰਾ ਗੰਦ ਦਿਖੇ ਰਾ ਕੇ ਦਿਖੇ ਰਾ ਉਹ ਗੱਡੀ ਜਿਹੜੀ ਆਂਦੀ ਆ ਨਾ ਉਹ ਓਲਿਆਂ ਦੀ ਏ ਜਿੱਲੇ ਕੋਈ ਤਿਉਹਾਰ ਹੋ ਉਹ ਓਲਿਆਂ ਦੀ ਜਿਸ ਵੇਲੇ ਕੋਸੇ ਬਾਬੂ ਦੀ ਗੱਡੀ ਉਥੋਂ ਲੰਘਣੀ ਹੋਗੀ ਉਹ ਲੇਗੇ ਸਭ ਕੁਝ ਕੰਮ ਜਿਹੜੇ ਨੇ ਮੈਂ ਹੁੰਦੇ ਦੇਖਿਆ ਉਹ ਲੇ ਚੂਨੇ ਵੀ ਬੁਛੋਈ ਜਾਂਦੇ ਉਹ ਲੇ ਸਭ ਕੁਝ ਹੁੰਦਾ ਉਹ ਲੇ ਸਫਾਈਆਂ ਬਹੁਤ ਅੱਛੇ ਤਰੀਕੇ ਨਾਲ ਨਿਉਣ ਲੱਗੀ ਬੁੰਦੀ ਜਿਸ ਵੇਲੇ ਕੋਈ ਲਾਲ ਬੱਤੀ ਵਾਲੇ ਨੇ ਉਥੋਂ ਲੰਘਣਾ ਹੁੰਦਾ ਪਰ ਜਿਸ ਵੇਲੇ ਆਹੇ ਆਮ ਆਦਮੀ ਰੋਜ਼ ਦਿਖਨੇ ਕੀ ਗੰਧ ਜਿਹੜਾ ਉਹ ਪਰੋਚੇ ਰਹਾ ਔਰ ਕੋਈ ਨਹੀਂ ਗੱਡੀ ਆ ਰਹੀ ਉਸੇ ਚੁੱਕਨ ਤਾਈ ਉਹ ਪੰਤਲਾਬ ਧਿਲੋ ਵਾਲੇ ਪਾਸੇ ਦੀ ਖਿਲੋ ਤੋਂ ਜਾਨੀਪੁਰ ਵਾਲੇ ਪਾਸੇ ਦੀ ਖਿਲੋ ਹਰ ਕੁਸ ਨੇ ਇਹ ਚੀਜ਼ ਦਿਖੀ ਗਈ ਹੋਣੀ ਕਿ ਗੰਧ ਜਿਹੜਾ ਇੰਨਾ ਪੇਰ ਆਉਂਦਾ ਔਰ ਕੋਈ ਸਾਫ ਸਫਾਈ ਜੜੀ ਉਹ ਨਹੀਂ ਹੋ ਆ ਰਹੀ ਹੈ ਔਰ ਬਥੇਰੀ ਜਗ੍ਹਾ ਸਟਰੀਟ ਲਾਈਟ ਜੜੀ ਉਹ ਅੱਲੇ ਵੀ ਬੰਦ ਗੇ ਪੇਰੀ ਹੈ ਤੇ ਕੰਨੇ ਜਿਹੜਾ ਤੋਂ ਇਹ ਆਖਾ ਰਿਹਾ ਕਿ ਆਹ ਫਾਊਂਟੇਨਸ ਲਾਣੇ ਆਹ ਸਿਟੀ ਚ ਜੜੀ ਹੈ ਉਹ ਬੜੀ ਸਾਫ ਸਫਾਈ ਹੋਣ ਹੋ ਇੱਕ ਵਰਖਾ ਪੁੰਦੀ ਸਾਰੀ ਕਰਤੂ ਜੜੀ ਉਹ ਸਾਹਮਣੇ ਆਈ ਇੰਦੀ ਜੀਵਲ ਚ ਅੱਲੇ ਵੀ ਪਾਣੀ ਮਾਰਾ ਰੁਕ ਤੁਹੇ ਜੇ ਇੱਕ ਗੱਲ ਕਰੋ ਨਮਾਇਸ਼ ਦੇ ਬਾਹਰ ਪ੍ਰੈਸ ਕਲਬ ਦੇ ਬਾਹਰ ਗਠੀਕ ਥੋੜਾ ਹੋਰ ਅੱਗੇ ਜਾਈਏ ਦਿਖਿਲਾਓ ਉਥੇ ਜਿਹੜਾ ਪਾਣੀ ਇਕੱਠਾ ਹੋਇਆ ਰਹਿੰਦਾ ਜਿਸ ਵੇਲੇ ਬਰਖਾ ਪੁੰਦੀ ਹੈ ਤਵੀਦਾਲ ਅੱਲੇ ਵੀ ਤਬਾਈ ਗਿਆ ਗੰਦ ਉਥੇ ਇੰਨਾ ਹੈ ਮਹਾਰਾਜਾ ਹਰੀ ਸਿੰਘ ਦੀ ਪਾਰਕ ਮਹਾਰਾਜਾ ਹਰੀ ਸਿੰਘ ਦੇ ਨਾਂ ਪਰ ਬੜੇ ਲੋਕ ਛੁੱਟੀ ਮੰਗਾਰੇ ਬੜੇ ਲੋਕ ਆਖ ਰਹੇ ਹੁੰਦਾ ਹੱਕ ਵੀ ਹੈ ਛੁੱਟੀ ਮੰਗਣਾ ਮੈਂ ਉਹਦੇ ਖਿਲਾਫ ਨਹੀਂ ਬੋਲ ਰਹੀ ਐ ਪਰ ਜੀਐਮਸੀ ਦਾ ਜਿੱਥੇ ਇਹ ਆਖਣਾ ਕਿ ਹੈ ਸਾਫ ਸਫਾਈ ਦੇ ਉੱਪਰ ਹੈ ਸਵੱਛਤਾ ਦੇ ਉੱਪਰ ਬੜੇ ਅਭਿਆਨ ਚਲਾਏ ਹਨ ਆਹ ਬੜੇ ਕੰਮ ਕੀਤੇ ਇੱਕ ਵਾਰੀ ਉਸ ਪਾਰਕ 'ਚ ਜਾਈਏ ਖਲ ਤਵੀ ਵਾਲੇ ਪਾਸੇ ਚੰਕੀ ਮਾਰੀ ਤਾਂ ਦੇਖੋ ਉੱਥੇ ਕਿਹੋ ਜਿਹਾ ਹਾਲਾ ਇੱਕ ਪਾਸੇ ਤੋਂ ਹੈ ਅ ਜਿਸੇ ਸ਼ਮਸ਼ਾਨ ਘਾਟ ਆ ਓਕੜੇ ਪਾਸੇ ਵੀ ਤੋ ਜਾਈਏ ਦੇਖੋ ਜਿਹੜਾ ਤਵੀ ਵਾਲ ਖਲ ਜਾਣ ਦਾ ਰਸਤਾ ਹੈ ਉੱਥੇ ਜਾਈਏ ਵੀ ਤੋ ਦੇਖੋ ਇਹ ਸਾਰੀ ਚੀਜ਼ਾਂ ਮਿੱਗੀ ਕੀ ਗੱਲੀ ਲੱਭਦੀਆਂ ਇਹ ਚੀਜ਼ ਤਾਂ ਤੁਹਾਡੇ ਨਜ਼ਰ 'ਚ ਕੱਲੀ ਨਹੀਂ ਆਂਦੀ ਔਰ ਸੁਣਦਾ ਇਹ ਆਖਣਾ ਕਿ 10 ਲੱਖ ਦਾ ਕੰਮ ਜਿਹੜਾ ਉਹ ਹਰ ਇੱਕ ਕਾਰਪਰੇਟਰ ਨੇ ਕਰਾਇਆ ਰ ਇਹ ਮੀਗੀ ਮਾਰੇ ਹਜ਼ਮ ਨਹੀਂ ਹੋਇਆ ਜੇ ਕਿਸੇ ਨੇ ਦਿਖੀ ਰੀ ਇਹ ਚੀਜ਼ ਤਾਂ ਜ਼ਰੂਰ ਕਮੈਂਟ ਕਰੀ ਮੈਂ ਦੱਸੋ ਮੈਂ ਇੱਕ ਵਾਰੀ ਜ਼ਰੂਰ ਉਸ ਜਗ੍ਹਾ ਪਰ ਜਾ ਜਾਈਏ ਆਪੇ ਤਸੱਲੀ ਕਰੀ ਦਿਖੀ ਆਗੀ ਕਿ ਕਿੰਨੀ ਆਖਿਰ ਸਫਾਈ ਹੋਈ ਦੀ ਕਿੰਨਾ ਕੁਸੇ ਕਾਰਪਰੇਟਰ ਨੇ ਕੰਮ ਕਰਾਇਆ ਰ ਤਾਂ ਕਿੰਨੇਗੇ ਅੱਗੇ ਵੀ ਕੰਮ ਹੋਣ ਵਾਲੇ ਮਾਹੌਲ ਲੇਗੇ ਮਨ ਜੀ